ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਪੰਜਾਬ ਦੇ ਵਿੱਚ ਆਪਾਂ ਸਭ ਤੋਂ ਸਸਤਾ ਗੰਡੋਆ ਸੇਲ ਕਰਦੇ ਹਾਂ ਜੀ। ਕਿਸੇ ਵੀ ਵੀਰ ਨੂੰ ਆਪਦੇ ਖੇਤ ਲਈ, ਆਪਦੀ ਖਾਦ ਤਿਆਰ ਕਰਨ ਲਈ ਜਾਂ ਨਵਾਂ ਕੰਮ ਚਲਾਉਣ ਲਈ ਗੰਡੋਆਂ ਦੀ ਲੋੜ ਹੋਵੇ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਜੀ। 150 ਰੁਪਏ KG ਗੰਡੋਏ ਦਾ ਰੇਟ ਰੱਖਿਆ ਹੋਇਆ ਜੀ। ਕਿਸੇ ਵੀਰ ਨੂੰ ਗੰਡੋਇਆਂ ਦੀ ਲੋੜ ਹੋਵੇ ਤਾਂ ਆਪਾਂ ਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦਾ ਜੀ। ਆਪਾਂ ਗੰਡੋਏ ਵੇਚਣ ਤੱਕ ਨਿਰਭਰ ਨਹੀਂ ਰੱਖਣਾ ਜੀ ਕਿ ਆਪਾਂ ਗੰਡੋਏ ਦੇ ਤੇ ਅਗਲਾ ਕੁਛ ਕਰੇ ਕੁਛ ਨਾ ਕਰੇ। ਮੈਂ ਜਿਸ ਤੋਂ ਲੈ ਕੇ ਆਇਆ ਸੀ, ਹੋਰ ਵੀ ਮੈਂ ਕਈ YouTube 'ਤੇ ਨੰਬਰ ਲਾ ਕੇ ਪੁੱਛਿਆ ਕਈਆਂ ਨੂੰ, ਜਿਹੜੇ ਬੰਦੇ ਇਸ ਚੀਜ਼ ਦਾ ਕੰਮ ਕਰਦੇ ਨੇ ਉਹ ਬੰਦਿਆਂ ਨੇ ਸਹੀ ਰਾਹ ਨਹੀਂ ਪਾਇਆ। ਗੋਹਾ ਠੰਡਾ ਕਰਨ ਦਾ ਵੀ ਯਾਨੀ ਕਿ ਵਧੀਆ ਤਰੀਕਾ ਨਹੀਂ ਦੱਸਿਆ ਕਿ ਕਿੱਦਾਂ ਕਿਵੇਂ ਗੰਡੋਆ ਰਹਿੰਦਾ ਹੈ, ਕਿਹੋ ਜਿਹੇ ਟੈਂਪਰੇਚਰ ਦੇ ਵਿੱਚ ਰਹਿੰਦਾ। ਬਸ ਐਂ ਕਹਿ ਛੱਡਦੇ ਨੇ ਕਿ 3 ਦਿਨ ਗੋਹੇ ਨੂੰ ਪਾਣੀ ਦਿਓ ਅਤੇ ਤੁਹਾਡਾ ਗੋਹਾ ਠੰਡਾ ਹੋ ਜੂਗਾ, ਪਰ ਇਹ ਕਦੇ ਵੀ ਨਹੀਂ ਹੁੰਦਾ ਜੀ। ਘੱਟੋ ਘੱਟ ਗੋਹਾ ਕਾਫੀ ਟਾਈਮ ਠੰਡਾ ਕਰਨਾ ਪੈਂਦਾ ਹੈ। ਇਸ ਨੂੰ ਪੂਰੀ ਤਸੱਲੀ ਦੇ ਨਾਲ ਹੀ ਜਾਨਵਰ ਛੱਡੇ ਜਾਂਦੇ ਨੇ। ਜੋ ਭਰਾ ਵੀ ਆਪਣੇ ਕੋਲ ਗੰਡੋਆ ਲਵੇਗਾ ਆਪਾਂ ਉਸਨੂੰ ਪੂਰੀ ਤਸੱਲੀ ਦੇ ਨਾਲ ਗਾਈਡਨੈਂਸ ਦੇਵਾਂਗੇ, ਉਸਨੂੰ ਸਾਰਾ ਕੁਛ ਸਮਝਾਵਾਂਗੇ ਕਿ ਕਿਵੇਂ ਸਾਰਾ ਕੁਛ ਹੁੰਦਾ ਗਾ। ਜੇ ਉਸ ਤੋਂ ਨਾ ਵੀ ਠੀਕ ਬੈਠਾ ਤਾਂ ਉਸਦੇ ਫਾਰਮ 'ਤੇ ਵੀ ਜਾ ਕੇ ਜਿੱਥੇ ਉਸਨੇ ਕੰਮ ਚਲਾਇਆ ਹੋਈ ਸ਼ਾਇਦ ਉੱਥੇ ਵੀ ਜਾਣਾ ਪੈ ਸਕਦਾ, ਆਪਾਂ ਉੱਥੇ ਵੀ ਜਾਵਾਂਗੇ। ਐਸੀ ਨਫ ਟੀਟਾ ਨਸਲ ਦਾ ਗੰਡੋਆ ਜੋ ਆਪਣੇ ਕੋਲ ਹੈ ਜੀ, ਭਰਪੂਰ ਗੰਡੋਆ ਦੇਵਾਂਗੇ। ਜਿਸ ਕਿਸੇ ਵੀਰ ਨੂੰ ਵੀ ਜ਼ਰੂਰਤ ਹੋਵੇ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਹੈ। ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰ, ਬਹੁਤ ਬਹੁਤ ਮਿਹਰਬਾਨੀ। ਆਪਣੀ ਵੀਡੀਓ ਨੂੰ ਦੇਖਣ ਲਈ ਲਾਈਕ ਕਰਨਾ, ਸ਼ੇਅਰ ਕਰਨਾ, ਕਿਉਂਕਿ ਇਹ ਬਹੁਤ ਅਨਮੋਲ ਚੀਜ਼ਾਂ ਨੇ, ਇਹਨਾਂ ਨੂੰ ਸੰਭਾਲ ਕੇ ਰੱਖਣਾ।